ਜੋ ਕੁਝ ਮਿਲਦਾ ਦਿੱਲੀੋਂ ਮਿਲਦਾ ਸਸਤਾ ਮਿਲਦਾ ਦਿੱਲੀੋਂ ਮਿਲਦਾ ਆਉਣਾ ਵੀ ਆਪਾਂ ਕਿਸੇ ਦੇਸ਼ ਤੋਂ ਤਾਂ ਵੀ ਦਿੱਲੀ ਆਉਣਾ ਪੈਂਦਾ ਇਵਨ ਕਿ ਜੇਕਰ ਜਾਲੀ ਪਾਸਪੋਰਟ ਬਣਾਏ ਜਾਂ ਜਾਂ ਜਾਲੀ ਚੀਜ਼ਾਂ ਕੀਤੀਆਂ ਜਾਂ ਉਹ ਵੀ ਸਭ ਤੋਂ ਜ਼ਿਆਦਾ ਦਿੱਲੀੋਂ ਹੀ ਹੁੰਦੀਆਂ ਫੈਕਟਰੀ ਲਾਰ ਕਿਸੇ ਨਾ ਬੰਦੇ ਨੇ ਪਾਸਪੋਰਟ ਬਣਾਉਣ ਦੀ ਬਿਲਕੁਲ WhatsApp ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 에ਅਰਪੋਰਟ ਪੁਲਿਸ ਨੇ ਦਿੱਲੀ ਦੇ ਵਿੱਚ ਚੱਲ ਰਹੀ ਇੱਕ ਫਰਜ਼ੀ ਵੀਜ਼ਾ ਫੈਕਟਰੀ ਕਾਉਂਟਰਫੀਟ ਵੀਜ਼ਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਇਹਨਾਂ ਨੇ ਦੱਸਿਆ ਕਿ ਇਥੇ ਜਾਲੀ ਪਾਸਪੋਰਟਾਂ ਦੀ ਜਾਲੀ ਵੀਜ਼ਾਸ ਦੀ ਇਹ ਫੈਕਟਰੀ ਬਣੀ ਹੋਈ ਹੈ ਤੇ ਬਰਾਤ ਸਭ ਇੰਨੀ ਇੱਕ ਸਟੀਕਤਾ ਦੇ ਨਾਲ ਇੰਨੀ ਇੱਕ ਐਕਿਊਰੇਸੀ ਦੇ ਨਾਲ ਇਹ ਕੰਮ ਕਰਦੇ ਸੀਗੇ ਕਿ ਆਮ ਆਦਮੀ ਤੇ ਛੱਡੋ ਜਿਹੜੇ ਸਪੈਸ਼ਲ ਆਫੀਸਰ ਆ ਉਹ ਵੀ ਇਹਨਾਂ ਪਾਸਪੋਰਟ ਨੂੰ ਇਹਨਾਂ ਵੀਜ਼ਾਸ ਨੂੰ ਦੇਖ ਕੇ ਧੋਖਾ ਖਾ ਸਕਦੇ ਸੀ ਕਿਸੇ ਦੇ ਲਈ ਆਈਡੈਂਟੀਫਿਕੇਸ਼ਨ ਜਿਹੜੀ ਬਹੁਤ ਔਖੀ ਚੀਜ਼ ਸੀਗੀ ਇੱਕ ਗਰੋਹ ਜਿਹੜਾ ਇਹਨਾਂ ਨੇ ਫੜਿਆ ਹੈ ਜਿਹਦਾ ਪਰਦਾ ਫਾਸ਼ ਕੀਤਾ ਹੈ ਇਹ ਖਾਸ ਕਿਸਮ ਦੇ ਪੇਪਰ ਯੂਜ਼ ਕਰਦਾ ਸੀ ਬਿਲਕੁਲ ਉਹੀ ਪੇਪਰ ਜਿਹੜੇ ਇੱਕ ਪਾਸਪੋਰਟ ਦੇ ਲਈ ਯੂਜ਼ ਕੀਤੇ ਹੁੰਦੇ ਆ ਤੇ ਸਾਰੀਆਂ ਹੀ ਉਹ ਸਿਕਿਉਰਿਟੀ ਤੇ ਸੇਫਟੀ ਮੈਜਰਸ ਜਿਹੜੇ ਵੀਜ਼ਾ ਦੇ ਲਈ ਜਿਹੜੇ ਪਾਸਪੋਰਟ ਦੇ ਲਈ ਜ਼ਰੂਰੀ ਹੁੰਦੇ ਆ ਉਹ ਸਾਰੇ ਉਹਦੇ ਵਿੱਚ ਇਨ ਬਿਨ ਯੂਜ਼ ਕਰਦੇ ਸੀਗੇ ਕਿ ਕੋਈ ਵੀ ਕਮੀ ਪੇਸ਼ੀ ਨਾ ਰਵੇ ਤੇ ਜੇ ਕੋਈ ਅਸਲੀ ਤੇ ਨਕਲੀ ਨੂੰ ਬਰਾਬਰ ਰੱਖ ਕੇ ਪਛਾਣ ਕਰਨ ਲੱਗ ਪੇ ਤੇ ਕੋਈ ਵੀ ਡਿਫਰੈਂਸ ਨਾ ਮਿਲੇ ਸੋ ਇਸ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਨੇ ਤੇ ਮੌਕੇ ਤੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਬਣਾਉਣ ਦੇ ਲਈ ਸਮਾਨ ਯੂਜ਼ ਕਰਦੇ ਸੀ ਮਟੀਰੀਅਲ ਯੂਜ਼ ਕਰਦੇ ਸੀ ਸਾਰਾ ਬਰਾਮਦ ਕੀਤਾ ਸਾਰਾ ਸੀਜ਼ ਕਰ ਲਿਆ ਗਿਆ ਅ ਜਿਹੜੀ ਇੱਥੋਂ ਦੀ ਕਮਿਸ਼ਨਰ ਸੀਗੀ 에어ਪੋਰਟ ਪੁਲਿਸ ਦੀ ਉਹਨੇ ਦੱਸਿਆ ਕਿ ਤਿਲਕਨਗਰ ਏਰੀਆ ਹੈਗਾ ਜੀ ਦਿੱਲੀ ਦਾ ਜਿੱਥੇ ਇਹ ਜਿਹੜਾ ਗਰੋ ਕੰਮ ਕਰ ਰਿਹਾ ਸੀਗਾ ਤੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਹੋਈ ਹੈ ਤੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਗ੍ਰਿਫਤਾਰ ਹੋਏ ਨੇ ਇਹਨਾਂ ਦੇ ਕੋਲੋਂ ਜਿਹੜੇ ਪਾਸਪੋਰਟ ਬ੍ਰਮਧ ਹੋਏ ਨੇ ਉਹ ਨੇਪਾਲ ਦੇ ਪਾਸਪੋਰਟ ਤੇ ਇੰਡੀਆ ਦੇ ਪਾਸਪੋਰਟ ਬ੍ਰਮਧ ਹੋਏ ਐ ਤੇ ਬ੍ਰਾਟਸਾਪ ਜਿਹੜੇ ਪਾਸਪੋਰਟ ਇਹਨਾਂ ਨੇ ਕਨਫਿਸਕੇਟ ਕੀਤੇ ਸੀਜ਼ ਕੀਤੇ ਆ ਸਾਰਿਆਂ ਦੇ ਉੱਤੇ ਵੀਜ਼ਾ ਲੱਗੇ ਹੋਏ ਸੀ ਸ਼ੇਨੈਗਨ ਵੀਜ਼ਾ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ 28 ਕ ਯੂਰੋਪੀਅਨ ਕੰਟਰੀਜ਼ ਦਾ ਕਲੈਕਟਿਵ ਵੀਜ਼ਾ ਹੁੰਦਾ ਸੋ ਇਹ ਗੱਲ ਪੱਕੀ ਹੈ ਕਿ ਕੁਝ ਲੋਕਾਂ ਨੂੰ ਇਹਨਾਂ ਨੇ ਬੱਕਰਾ ਬਣਾਇਆ ਹੋਣਾ ਜਾਂ ਪੈਸੇ ਲਏ ਹੋਣੇ ਉਹਨਾਂ ਤੋਂ ਤੇ ਉਹਨਾਂ ਨੂੰ ਜਿਹੜਾ ਹੈਗਾ ਯੂਰਪ ਵੱਲ ਭੇਜਣ ਦੀ ਤਿਆਰੀ ਇਹਨਾਂ ਵੱਲੋਂ ਚੱਲ ਰਹੀ ਹੋਣੀ ਹੈ ਜੀ ਦੇਖੋ ਜੀ ਅਰਸ਼ੋਕ ਸਿੰਘ ਜੀ ਬੱਕਰਾ ਐਵੇਂ ਨਹੀਂ ਬਣਦਾ ਪਹਿਲਾਂ ਚਾਰ ਥਾਵਾਂ ਤੋਂ ਅਗਲਾ ਪੁੱਛਦਾ ਵੀ ਹੋਣਾ ਵੀ ਇਹਨਾਂ ਦੇ ਵਰਕ ਕਰਦੇ ਕਿੰਨੇ ਤੇ ਵਰਕ ਕਰਦੇ ਵੀ ਹੋਣੇ ਫੇਰ ਹੀ ਇਹਨਾਂ ਨੇ ਗਾਂ ਇੰਨੇ ਬਣਾਉਣ ਵਾਸਤੇ ਰੱਖਿਆ ਕੋਈ ਚਾਰ ਪੈਸੇ ਫੇਰ ਹੀ ਇਹਨਾਂ ਦੇ ਵਟੇ ਜਾਂਦੇ ਹੋਣੇ ਆ ਗੱਲ ਅਗਲੇ ਇਹ ਹੈ ਵੀ ਜੇਕਰ ਇਹ ਅਲੱਗ-ਅਲੱਗ ਕੰਟਰੀ ਦੇ ਇਹਨਾਂ ਨੇ ਪਾਸਪੋਰਟ ਬਣਾਏ ਹੈਗੇ ਆ ਅੱਜਕੱਲ ਤਾਂ ਸਾਰਾ ਕੁਝ ਹੀ ਆਨਲਾਈਨ ਆ ਭਾਈ ਤੇ ਫਿਰ ਆਨਲਾਈਨ ਦੇ ਵਿੱਚ ਫੜੇ ਫੜਾਉਂਦੇ ਕਾਤੋਂ ਨਹੀਂ ਜਾਂਦੇ ਹੁਣ ਇਹਨਾਂ ਇਹਨਾਂ ਦੇ ਬੰਦੇ ਕੋਈ ਨਾ ਕੋਈ ਤਾਂ ਟਪਾਈ ਹੁਣੇ ਆ ਮੈਨੂੰ ਲੱਗਦਾ ਬ੍ਰਾਟਸਪ ਬੰਦੇ 100% ਟੱਪੇ ਹੁਣੇ ਆ ਜਿਹੜਾ ਤੁਸੀਂ ਕਿਹਾ ਨਾ ਕਿ ਵਰਕ ਕਰਦੇ ਕਿ ਨਹੀਂ ਕਰਦੇ ਵਰਕ ਕਰਦੇ ਹੁਣੇ ਆ ਤਾਂ ਹੀ ਜਿਹੜੀ ਕੰਪਲੇਂਟ ਆ ਉਹ 에어ਪੋਰਟ ਪੁਲਿਸ ਦੇ ਕੋਲੇ ਪਹੁੰਚੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਲਿੰਕ ਲੱਬਣ ਦੀ ਕੋਸ਼ਿਸ਼ ਕੀਤੀ ਹੋਊਗੀ ਜਿਹੜੇ ਕੋਈ ਪਹਿਲਾਂ ਬੰਦਿਆਂ ਦੇ ਬਣੇ ਹੋਣਗੇ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਫੜ ਕੇ ਤੁਹਾਨੂੰ ਪਤਾ ਬਾਅਦ ਪੁਲਿਸ ਕੀ ਕਰਦੀ ਆ ਕਿਹੜੇ ਤਰੀਕੇ ਨਾਲ ਮੂੰਹ ਖਲਾਉਂਦੀ ਆ ਉਹਨਾਂ ਤੋਂ ਪੁੱਛਿਆ ਹੋਣਾ ਕਿ ਦੱਸ ਕਿਹੜੇ ਕਿਹੜੇ ਬੰਦੇ ਕੋਲੇ ਗਏ ਕਿੱਥੇ ਕਿੱਥੇ ਹੋ ਕੇ ਆਏ ਫਿਰ ਤੈਨੂੰ ਕਿਵੇਂ ਉਹਨਾਂ ਨੇ ਤੇਰੀ ਪੁੱਛ ਪੜਤਾਲ ਕੀਤੀ ਹੈ ਤੇ ਕਿੰਨੇ ਕ ਸਮੇਂ ਚ ਤੈਨੂੰ ਇਹ ਜਿਹੜਾ ਸੀਗਾ ਪਾਸਪੋਰਟ ਜਾਂ ਜੋ ਵੀ ਹੈ ਵੀਜ਼ੇ ਸਮੇਤ ਉਹ ਕਿੰਨੇ ਕ ਦਿਨਾਂ ਬਾਅਦ ਮਿਲਿਆ ਸੋ ਇੱਕ ਦੋ ਜਾਂ ਹੋ ਸਕਦਾ ਕੋਈ ਪੰਜ ਸੱਤ ਬੰਦੇ ਜਿੰਨੇ ਵੀ ਇਹਨਾਂ ਨੇ ਫੜੇ ਹੋਣਿਆ ਉਹ ਬੰਦੇ ਹੀ ਇਥੋਂ ਤੱਕ ਲੈ ਕੇ ਗਏ ਐ ਕਿਉਂਕਿ ਸਿੱਧੇ ਤੌਰ ਤੇ ਜੇ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੱਥੇ ਕਿਵੇਂ ਆਉਣੇ ਸੀਗੇ ਜੇ ਵੈਸੀ ਰੈਂਡਮਲੀ ਕੰਮ ਕਰਦੇ ਹੁੰਦੇ ਸੋ ਜਿਹੜੇ ਆਲਰੇਡੀ ਬਣਾ ਕੇ ਦਿੱਤੇ ਆ ਉਸ ਥਰੂ ਇਹ ਜਿਹੜਾ ਲਿੰਕ ਆ ਉਹ ਟਰੈਕ ਕੀਤਾ ਗਿਆ ਹੋਊਗਾ ਜੀ ਦੂਜੀ ਗੱਲ ਇਹ ਵੀ ਆ ਨਾ ਗੱਲ ਕੀਤੀ ਜਾਵੇ ਜੇਕਰ ਕਿਸੇ ਕੋਲੇ ਜਾਲੀ ਪਾਸਪੋਰਟ ਹੈਗਾ ਤੇ ਜਾਲੀ ਪਾਸਪੋਰਟ ਦਾ ਆਮ ਜਨਤਾ ਨੂੰ ਕੀ ਨੁਕਸਾਨ ਸਰਕਾਰ ਨੂੰ ਕੀ ਨੁਕਸਾਨ ਤੇ ਜੇਕਰ ਜਾਲੀ ਪਾਸਪੋਰਟ ਬਣਾ ਕੇ ਇਕਲਾ ਹੋਰ ਦੇਸ਼ ਚ ਜਾ ਜਾਂਦਾ ਤੇ ਉਸ ਦੇਸ਼ ਨੂੰ ਕੀ ਨੁਕਸਾਨ ਹੈ ਡਾਕਟਰ ਸਾਹਿਬ ਦੇਖੋ ਸਰਕਾਰ ਨੂੰ ਨੁਕਸਾਨ ਕਿਵੇਂ ਆ ਆਪਾਂ ਐਗਜ਼ਾਮਪਲ ਇੰਡੀਆ ਦੀ ਲੈ ਲੈਂਦੇ ਆ ਮੰਨ ਲਓ ਕਿ ਇੱਕ ਬਹੁਤ ਮਾੜੇ ਕੰਮ ਕਰਨ ਵਾਲਾ ਬੰਦਾ ਨਾਮ ਉਹਦਾ ਕੋਈ ਹੋਰ ਹੈਗਾ ਪੁਲਿਸ ਨੂੰ ਲੱਭਦੀ ਫਿਰਦੀ ਆ ਭਾਲਦੀ ਫਿਰਦੀ ਆ ਪੁਲਿਸ ਦੀ ਗ੍ਰਿਫਤ ਤੋਂ ਉਹ ਫਰਾਰ ਹੈਗਾ ਉਹ ਚਲਾ ਜਾਂਦਾ ਦਿੱਲੀ ਇਸ ਗਰੁੱਪ ਦੇ ਕੋਲੇ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਹੁਣ ਮੈਨੂੰ ਕਿਸੇ ਨਾ ਕਿਸੇ ਤਰੀਕੇ ਕਿਸੇ ਕੰਟਰੀ ਕੱਢ ਦਿਓ ਉਹ ਆਪਣੇ ਰੇਟ ਦੱਸ ਦਿੰਦੇ ਆ ਵੀ ਫਲਾਣੀ ਕੰਟਰੀ ਜਾਣੀ ਆ ਤੇ ਐਨੇ ਤੇ ਫਲਾਣੀ ਜਾਣਾ ਤਾਂ ਐਨੇ ਰੁਪਏ ਦੇ ਦੇ ਤੇ ਤੈਨੂੰ ਭੇਜ ਦਿਆਂਗੇ ਕਹਿੰਦਾ ਕਿ ਮੇਰੇ ਕੋਲ ਪਾਸਪੋਰਟ ਵੀ ਆਪਦਾ ਨਹੀਂ ਮੈਂ ਤਾਂ ਪੁਲਿਸ ਨੂੰ ਚਾਹੀਦਾ ਮੈਨੂੰ ਲੱਭਦੇ ਫਿਰਦੇ ਆ ਤੇ ਫਿਰ ਬਰਾਟ ਸਾਬ ਇਹਦੇ ਵਿੱਚ ਉਹ ਕਹਿਣਗੇ ਕਿ ਠੀਕ ਹੈ ਜੀ ਰੇਟ ਥੋੜਾ ਜਿਹਾ ਵਧਾ ਲਾ ਤੇ ਤੈਨੂੰ ਅਸੀਂ ਪਾਸਪੋਰਟ ਵੀ ਆਪ ਤਿਆਰ ਕਰਕੇ ਦਿੰਨੇ ਆ ਤੇ ਪਾਸਪੋਰਟ ਤਿਆਰ ਕਰਕੇ ਉਹਦੇ ਤੇ ਨਾਮ ਪਤਾ ਜੋ ਕੁਝ ਵੀ ਇਹ ਸਾਰਾ ਕੁਝ ਵੱਖਰਾ ਕਰ ਦੇਣਗੇ ਤੇ ਫਿਰ ਜਿਹੜੀ ਕੰਟਰੀ ਦੇ ਉਹਦੇ ਨਾਲ ਪੈਸੇ ਮੁਕੇ ਹੋਣਗੇ ਉਸ ਕੰਟਰੀ ਦਾ ਉਹਨੂੰ ਭੇਜ ਦੇਣਗੇ ਸੋ ਉਸ ਸਰਕਾਰ ਨੂੰ ਤਾਂ ਇਹ ਨੁਕਸਾਨ ਆ ਕਿ ਉਹਨਾਂ ਦਾ ਇੱਕ ਅਪਰਾਧੀ ਭੱਜ ਜਾਊਗਾ ਜਿਹੜੇ ਦੇਸ਼ ਵਿੱਚ ਜਾਊਗਾ ਉੱਥੇ ਆਬਵੀਅਸਲੀ ਨੁਕਸਾਨ ਇਸ ਕਰਕੇ ਆ ਕਿ ਪਹਿਲੀ ਗੱਲ ਤਾਂ ਬੰਦਾ ਡਿਫਾਲਟਰ ਬੰਦਾ ਕਿਸਾਂ ਦੇ ਵਿੱਚ ਇੰਡੀਆ ਨੂੰ ਚਾਹੀਦਾ ਹੋਊਗਾ ਜਾਂ ਜਿਹੜੀ ਵੀ ਸਟੇਟ ਗਵਰਨਮੈਂਟ ਨੂੰ ਚਾਹੀਦਾ ਹੋਊਗਾ ਦੂਜੀ ਗੱਲ ਆ ਉਹ ਆਦਤਾਂ ਆਪਣੀਆਂ ਕੈਰੀ ਫਾਰਵਰਡ ਉੱਥੇ ਜਾ ਕੇ ਕਰੂਗਾ ਜਿਹੜਾ ਬੰਦਾ ਇੰਡੀਆ ਦੇ ਵਿੱਚ ਕ੍ਰਿਮੀਨਲ ਆ ਤਕਰੀਬਨ ਉਹੀ ਉਹ ਆਪਣੇ ਜਿਹੜੇ ਲੱਛਣਾਂ ਉੱਥੇ ਜਾ ਕੇ ਕਰੂਗਾ ਦੇਖੋ ਜੀ ਇਸ ਤਰ੍ਹਾਂ ਟੱਪਣਾ ਟਪਾਉਣਾ ਰੋਕ ਸਕਦਾ ਵੀ ਕਿ ਨਹੀਂ ਰੋਕ ਸਕਦਾ ਜਿਹੜਾ ਜਾਲੀ ਤੌਰ ਤੇ ਲੋਕ ਟੱਪ ਜਾਂਦੇ ਆ ਵੈਸੇ ਤਾਂ ਇੰਨੇ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈਗਾ ਤੇ ਫਿਰ ਵੀ ਟੈਕਨੋਲੋਜੀ ਦੇ ਜ਼ਮਾਨੇ ਦੇ ਹੁੰਦੇ ਹੰਦਾਏ ਵੀ ਅਗਲੇ ਦਰ ਸਾਰਾ ਕੁਝ ਚੈੱਕ ਹੋ ਸਕਦਾ ਤੇ ਫਿਰ ਵੀ ਕਿਵੇਂ ਕਰੈਕ ਹੋ ਜਾਂਦਾ ਜੀ ਐਡੇ ਤੇਜ਼ ਦਿਮਾਗ ਵਾਲੇ ਬੰਦੇ ਬੈਠੇ ਬਿਲਕੁਲ ਬ੍ਰਾਦਰ ਸਾਬਾ ਆਪਾਂ ਦੇਖਿਆ ਕਿ ਬਹੁਤ ਸਾਰੇ ਸਿਕਿਉਰਿਟੀ ਮੀਜਰਸ ਆ ਗਿਆ ਬੜਾ ਕੁਝ ਆ ਗਿਆ ਟੈਕਨੋਲੋਜੀ ਬੜੀ ਐਡਵਾਂਸ ਹੋ ਗਈ ਆ ਇਹਦੇ باوجود ਆਪਾਂ ਇਹੋ ਜਿਹੇ ਕੇਸ ਦੇਖ ਲੈਨੇ ਆ ਪਰ ਇੱਕ ਚੀਜ਼ ਬੜੀ ਆਪਾਂ ਨੂੰ ਹੈਰਾਨ ਕਰਦੀ ਆ ਡਿਵੈਲਪਡ ਕੰਟਰੀਸ 'ਚ ਇਹੋ ਜਿਹੇ ਕੇਸ ਬਹੁਤ ਘੱਟ ਆਉਂਦੇ ਆ ਅਨਡਿਵੈਲਪਡ ਕੰਟਰੀ ਤੇ ਡਿਵੈਲਪਿੰਗ ਕੰਟਰੀਸ 'ਚ ਇਹੋ ਜਿਹੇ ਕੇਸ ਜ਼ਿਆਦਾ ਹੁੰਦੇ ਆ ਇੱਕ ਕਾਰਨ ਮੈਨੂੰ ਹੋਰ ਲੱਗਦਾ ਕਈ ਵਾਰੀ ਕੀ ਹੈ ਕਿ ਜਿਹੜੇ ਆਫੀਸਰਸ ਉੱਥੇ ਕੰਮ ਕਰਦੇ ਆ ਚੈੱਕ ਕਰਦੇ ਆ ਉਹਨਾਂ ਦੇ ਉੱਤੇ ਵਰਕਲੋਡ ਵੀ ਜਦੋਂ ਵੱਧ ਜਾਂਦਾ ਕਿਤੇ ਨਾ ਕਿਤੇ ਕਤਾਹੀ ਹੈ ਜਿਹੜੀ ਇਹ ਮਨੁੱਖੀ ਕਤਾਹੀ ਕਹਿ ਸਕਦੇ ਹੋ ਬੰਦੇ ਤੋਂ ਜਿਹੜੀ ਗਲਤੀ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਆ ਕਿ ਮਸ਼ੀਨੀ ਤੌਰ ਤੇ ਇਹ ਕੰਮ ਇੰਨੀ ਕੁ ਬਰੀਕੀ ਨਾਲ ਕੀਤਾ ਹੁੰਦਾ ਹੈ ਕਿ ਮਸ਼ੀਨਾਂ ਨੂੰ ਉਹ ਬੰਦੇ ਆਸਾਨੀ ਦੇ ਨਾਲ ਧੋਖਾ ਦੇ ਲੈਂਦੇ ਆ ਇਹ ਜਿਹੜੇ ਕਾਉਂਟਰਫੀਟ ਕੰਮ ਕਰਦੇ ਆ ਜੀ